Hi guys, welcome back to our channel. Happy Diwali to you all. So aaj hai Diwali. So I probably aaj shaam nu ya kal nu thonu vlog milunga. Te we are all ready. Assi hun challe hain Dodde Pind. I don't know matlab ki the usual pind we go, that's not there. We are going to some Prana Pind which I don't have any idea. So I was told ki abhi to pehla ki jaawange. So Zayden, say hi. Hi. So bye. Bye-bye. Okay, bye. Wait. So there is a some ritual jada idhar Malwa side da, which I have zero idea about it. Te hun assi thonu ajj vlog ch pura cover karavange jinna nu mere vangu nahi pata. So say hi. Hello. So te explain karo ki apa kede pind chalne te utthe apa ki karna hai. Actually assi chalne apne purane pind matlab ਜਿਵੇਂ ਸਾਡਾ ਪਿੰਡ ਬਠੋਈ ਕਲਾਂ ਬਟ ਉਦੋਂ ਪਹਿਲਾਂ ਸਾਡੇ ਜਿੱਥੇ ਬਜ਼ੁਰਗ ਰਹਿੰਦੇ ਸੀ ਨਦਾਮਪੁਰ ਥੂਈ ਥੂਈ ਐਕਚੁਅਲ ਪਿੰਡ ਆ ਸਾਡਾ ਜਿੱਥੋਂ ਸਾਡੇ ਬਜ਼ੁਰਗ ਅੱਗੇ ਗਏ ਹਾਂਜੀ ਉੱਥੇ ਦਾਦੂ ਨੇ ਕਿਹਾ ਵੀ ਹੈਗਾ ਥੂਈ ਪਿੰਡ ਵੀ ਜਾਣਾ ਹਾਂ ਬਠੋਈ ਪਿੰਡ ਵੀ ਜਾਣਾ ਸੀ ਉਦੋਂ ਬਾਅਦ ਚ ਸੋ ਤੁਹਾਨੂੰ ਉੱਥੇ ਮਿਲਦੇ ਆ ਉੱਥੇ ਮਿੱਟੀ ਕੱਢਣ ਜਾਣਾ ਹੁੰਦਾ ਸਾਡਾ ਰਿਚੁਅਲ ਆ ਪੁਰਾਣਾ ਰਾਈਟ ਸਾਰਿਆਂ ਦੇ ਹੁੰਦਾ ਮਤਲਬ ਐ ਨਹੀਂ ਹੁੰਦਾ ਹਾਂ ਉਹ ਦਾ ਯਾ ਸੋ ਤੁਹਾਨੂੰ ਹੁਣ ਉੱਥੇ ਮਿਲਦੇ ਆ ਆਪਾਂ ਸੋ ਅਸੀਂ ਪੂਰੇ ਰੈਡੀ ਆ ਸੋ ਹੁਣ ਮੈਂ ਤੁਹਾਨੂੰ ਅੱਜ ਆਪਣੀ ਆਊਟਫਿਟ ਦੀ ਪ੍ਰੋਪਰ ਉਹ ਵੀ ਦਊਂਗੀ ਕਿਉਂਕਿ ਲਾਈਕ ਵੈਰੀ ਐਕਸਾਈਟਡ ਟੂ ਵੇਅਰ ਇਟ ਬਿਕਾਜ਼ ਇਹ ਬਹੁਤ ਸੋਹਣਾ ਲੱਗ ਰਿਹਾ ਹਮਨੇ ਖੁਦ ਡਿਜ਼ਾਈਨ ਕੀਤਾ ਸੋ ਹੁਣ ਅਸੀਂ ਤੁਹਾਨੂੰ ਜਾ ਕੇ ਮਿਲਦੇ ਆ ਪਿੰਡ ਸੋ ਬਾਏ ਬਾਏ ਸੋ ਗਾਇਸ ਦੇਰ ਵਾਸ ਅ ਚੇਂਜ ਇਨ ਅ ਪਲਾਨ ਹੁਣ ਅਸੀਂ ਆ ਗਏ ਆ ਪਿੰਡ ਜਿਹੜਾ ਮੇਨ ਪਿੰਡ ਹੈ ਮਤਲਬ ਜਿਹੜਾ ਨਵਾਂ ਪਿੰਡ ਹੈ ਉੱਥੇ ਬਠੋਈ ਸੋ ਹੁਣ ਅਸੀਂ ਆਪਣੇ ਖੇਤਾਂ 'ਚ ਜਿਹੜੀ ਜੋ ਕਿਹੜੀ ਜਗ੍ਹਾ ਇੱਥੇ ਅੰਮਾ ਬਾਪੂ ਜੀ ਦੀ ਜਗ੍ਹਾ ਜਿਹੜੀ ਇੱਥੇ ਅਸੀਂ ਉੱਥੇ ਮੱਥਾ ਟੇਕਣ ਚੱਲੇ ਹਾਂ ਜਿੱਥੇ ਅਸੀਂ ਛੁੱਟੀਆਂ ਖੇਲੀਆਂ ਸੀਗੀਆਂ ਜੇ ਤੁਸੀਂ ਸਾਡੀ ਇੰਸਟਾਗ੍ਰਾਮ ਤੇ ਰੀਲ ਵੇਖੀ ਹੋਊਗੀ ਸੋ ਹੁਣ ਅਸੀਂ ਤੁਹਾਨੂੰ ਉੱਥੇ ਲੈ ਕੇ ਜਾਂਦੇ ਹਾਂ ਸੋ ਗਾਇਸ ਨਾਓ ਵੀ ਹੈਵ ਰੀਚਡ ਜਿਹੜਾ ਪਿੰਡ ਮੈਂ ਤੁਹਾਨੂੰ ਕਹਿ ਰਹੀ ਸੀ ਜਿੱਥੇ ਮਤਲਬ ਕਿ ਜੋਰ ਦਾ ਬੈਕਗਰਾਉਂਡ ਹੈਗਾ ਲਾਈਕ ਪੜਦਾਦਾ ਜੀ ਐਂਡ ਆਲ ਸੋ ਇੱਥੇ ਆਲਮੋਸਟ ਪਿੰਡ ਦੇ ਸਾਰੇ ਲੋਕ ਆਉਂਦੇ ਆ ਮਤਲਬ ਜਿਹੜੇ ਮੇਨ ਬਠੋਈ ਪਿੰਡ ਦੇ ਲੋਕ ਇੱਥੇ ਮੱਥਾ ਟੇਕਣ ਆ ਰਹੇ ਨੇ ਲਾਈਕ ਨੋਟ ਜਸਟ ਆਰ ਫੈਮਿਲੀਜ਼ ਬਟ ਐਵਰੀ ਵਨ ਐਲਸ ਅਤੇ ਹੁਣ ਅਸੀਂ ਤੁਹਾਨੂੰ ਐਗਜੈਕਟ ਦਿਖਾਵਾਂਗੇ ਕਿ ਉੱਥੇ ਕੀ ਕਰਦੇ ਨੇ ਹੁਣ ਆਮ ਆਲ ਨਿਊ ਟੂ ਆਲ ਦੀਜ਼ ਰਿਚੁਅਲ ਇਹ ਮੇਰੇ ਦਾਦਾ ਪੜਦਾਦਿਆਂ ਦੀ ਮਤਲਬ ਸਾਡੇ ਪੁਰਾਣੇ ਬਜ਼ੁਰਗਾਂ ਦੀ ਸਮਾਧ ਹੈ ਥੂਈ ਪਿੰਡ ਸੋ ਦਿਵਾਲੀ 'ਤੇ ਆ ਕੇ ਇੱਥੇ ਮਤਲਬ ਆਫਟਰ ਵੈਡਿੰਗ ਤੁਹਾਡੀ ਆਫਟਰ ਮੈਰਿਜ ਹੈ ਨਾ ਸੋ ਤੁਸੀਂ ਇੱਥੇ ਆਉਣਾ ਹੁੰਦਾ ਅਤੇ ਮਿੱਟੀ ਪੱਟ ਕੇ ਉਸ ਤੋਂ ਬਾਅਦ 5 ਵਾਰ ਤੁਸੀਂ ਆਹ ਟਿੱਬੇ 'ਤੇ ਜਾ ਕੇ ਸੁੱਟ ਕੇ ਆਉਣੀ ਹੁੰਦੀ ਹੈ ਸੋ ਇਹਦੇ 'ਚ ਅਸੀਂ ਵੀਡੀਓ ਥੋੜ੍ਹੀ ਸ਼ਾਰਟ ਕਰਤੀ ਸੀ ਸੋ ਹੁਣ ਅਸੀਂ ਮਿੱਟੀ ਕੱਢ ਕੇ ਉੱਪਰ ਜਾ ਕੇ ਟਿੱਬੇ 'ਤੇ ਸੁੱਟ ਕੇ ਆ ਰਹੇ ਹਾਂ ਅਤੇ ਉਸ ਤੋਂ ਬਾਅਦ ਜਾ ਕੇ ਅਸੀਂ ਸਮਾਧ ਦੇ ਅੰਦਰ ਮੱਥਾ ਟੇਕਾਂਗੇ ਮਤਲਬ ਸਾਡੀ ਜਿੱਡਾ ਮਤਲਬ ਸਾਡੀ ਫੈਮਿਲੀ ਟ੍ਰੀ ਆ ਉਹ ਸਾਰਾ ਇਸ ਸਮਾਧ 'ਤੇ ਆ ਕੇ ਮੱਥਾ ਟੇਕਦਾ ਦਿਵਾਲੀ 'ਤੇ ਸਾਰੇ ਜਣੇ ਆਉਂਦੇ ਨੇ ਜ਼ੇਰਨ ਤੁਹਾਨੂੰ ਉਹ ਕਰਕੇ ਮਜ਼ਾ ਆਇਆ ਜਦੋਂ ਤੁਸੀਂ ਮਿੱਟੀ ਉੱਪਰ ਲੈ ਕੇ ਗਏ ਸੀ ਜਦੋਂ ਮਿੱਟੀ ਉੱਪਰ ਲੈ ਕੇ ਜਾ ਰਹੇ ਸੀਗੇ ਅੱਛਾ ਲੱਗ ਰਿਹਾ ਸੀ ਨੋ ਵੰਡਰ ਹੀ ਵਾਸ ਇੰਜੋਇੰਗ ਇਟ ਆਲ ਐਂਡ ਸੋ ਗਾਇਜ਼ ਅਸੀਂ ਇਸ ਸੱਚ ਦੀਵਾਲੀ ਸੈਲੀਬ੍ਰੇਟ ਨਹੀਂ ਕਰੀ ਬਿਕੋਜ਼ ਜੋ ਦੇ ਤਾਈ ਜੀ ਐਨ ਉਹਨਾਂ ਦੇ ਬੇਟੇ ਦੀ ਮੰਥ ਅਗੋ ਡੈਥ ਹੋ ਗਈ ਸੀਗੀ ਸੋ ਅਸੀਂ ਥੋੜ੍ਹਾ ਬਹੁਤ ਕਰਿਆ ਬਾਕੀ ਵੀ ਵੈਂਟ ਟੂ ਦਾ ਪਿੰਡ ਡਿਡ ਆਲ ਦਾ ਰਿਚੁਅਲਸ ਅਤੇ ਬਾਕੀ ਯੈਸ ਲੈਟਸ ਈਟ ਬਾਏ ਬਾਏ